ਸਿੱਖ ਇਤਿਹਾਸ ਦੇ ਵਿੱਚ ਜਦੋਂ ਵੀ ਕੋਈ ਚੜ੍ਹਦੀ ਗਲਾਂ ਦੀ ਗੱਲ ਹੁੰਦੀ ਹੈ ਤੇ ਵਿਰੋਧੀਆਂ ਨੇ ਉਹਦੇ ਵਿੱਚ ਕੁਝ ਨਾ ਕੁਝ ਰਲਾ ਪਾ ਕੇ ਉਸ ਨੂੰ ਛਟਿਆਉਣ ਦੀ ਗੱਲ ਕੀਤੀ ਹੈ ਇਸੇ ਤਰ੍ਹਾਂ ਦੀ ਜਿਹੜੀ ਘਟਨਾ ਹੈ ਸਿੱਖਾਂ ਦੇ ਚੜ੍ਹਦੀ ਕਲਾ ਦੇ ਜੀਵਨ ਵਾਲੀ ਉਹਨਾਂ ਦੇ ਵਿੱਚ ਇੱਕ ਵਿਦਾਵਾ ਲਿਖਣ ਦੀ ਗੱਲ ਪਾ ਦਿੱਤੀ ਗਈ ਇਹ ਵਿਦਾਵਾ ਕਿੱਥੇ ਲਿਖਿਆ ਗਿਆ ਕਿਹਨਾਂ ਨੇ ਲਿਖਿਆ ਗਿਆ ਤੇ ਕਿਉਂ ਲਿਖਿਆ ਗਿਆ ਇਸ ਗੱਲ ਦੀ ਆਪਾਂ ਇਸ ਵੀਡੀਓ ਦੇ ਵਿੱਚ ਜਾਂਚ ਕਰਾਂਗੇ ਕਿ ਬਾਕੀ ਸਤਿਗੁਰੂ ਦੇ ਸਿੱਖ ਅਨੰਦਪੁਰ ਸਾਹਿਬ ਜਦੋਂ ਘੇਰਾ ਪਿਆ ਤੇ ਉੱਥੇ ਮਦਾਵਾ ਲਿਖ ਕੇ ਗਏ ਸਨ ਜਾਂ ਫਿਰ ਕਿਸੇ ਹੋਰ ਸਥਾਨ ਦੇ ਉੱਤੇ ਸਿੱਖਾਂ ਨੇ ਸਤਿਗੁਰੂ ਜੀ ਨੂੰ ਲਿਖ ਕੇ ਦਿੱਤਾ ਹੋਵੇਗਾ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਸੋ ਆਪ ਜੀ ਨੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਨਾ ਪ੍ਰਾਣਿਕ ਇਤਿਹਾਸਿਕ ਸਰੋਤਾਂ ਦੇ ਵਿੱਚ ਜੋ ਗੱਲ ਮਿਲਦੀ ਹੈ ਉਹ ਆਪਾਂ ਸਾਂਝੀ ਕਰਾਂਗੇ ਜਦੋਂ ਸਤਿਗੁਰੂ ਮਹਾਰਾਜ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ ਕਿਲਾ ਛੱਡਣ ਤੋਂ ਬਾਅਦ ਸਰਸਾ ਦਾ ਕੰਡਾ ਆਉਂਦਾ ਏ ਚਮਕੌਰ ਦੀ ਗੜੀ ਦੇ ਵਿੱਚ ਦੋ ਗੁਰੂ ਕੇ ਵੱਡੇ ਲਾਲ ਸ਼ਹੀਦ ਹੋ ਜਾਂਦੇ ਨੇ ਨਾਲ 40 ਸਿੱਖ ਹੋਰ ਸ਼ਹੀਦ ਹੋ ਜਾਂਦੇ ਨੇ ਪਰ ਸਿੱਖਾਂ ਦੇ ਗੁਰਮਤੇ ਦੇ ਅਨੁਸਾਰ ਸਤਿਗੁਰੂ ਨੂੰ ਜਿਮਕੌਰ ਦੀ ਗੜੀ ਛੱਡ ਕੇ ਜਾਣੀ ਪੈਂਦੀ ਐ ਤੇ ਸਤਿਗੁਰੂ ਮਹਾਰਾਜ ਮਾਸੀਵਾੜੀ ਦੇ ਜੰਗਲ ਦੇ ਵਿੱਚ ਪਹੁੰਚਦੇ ਨੇ ਨਾਲ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਇਹਨਾਂ ਨੇ ਜਿਮਕੌਰ ਦੀ ਗੜੀ ਨੂੰ ਛੱਡਿਆ ਸੀ ਹੁਣ ਇਹ ਸਫ਼ਰ ਜਿਹੜਾ ਸੀ ਰਾਤ ਦੇ ਵਕਤ ਗੜੀ ਛੱਡੀ ਸੀ ਤੇ ਰਾਤ ਦੇ ਵਕਤ ਕੀਤਾ ਸਵੇਰ ਚੜ੍ਹਦਿਆਂ ਸਤਿਗੁਰੂ ਮਹਾਰਾਜ ਪਿੰਡ ਪਵਾਤ ਉੱਥੇ ਪਹੁੰਚਦੇ ਨੇ ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਕੁਝ ਦਿਨ ਝਾੜੀਆਂ ਨੂੰ ਕੱਟ ਕੇ ਤੇ ਆਰਾਮ ਕਰਦੇ ਨੇ ਕਈ ਦਿਨ ਦੇ ਭੁੱਖਣ ਭਾਣੇ ਸਤਿਗੁਰੂ ਜੀ ਉਥੋਂ 베ਰੀਆਂ ਦੇ ਨਾਲੋਂ ਤੋੜ ਕੇ 베ਰ ਖਾਂਦੇ ਨੇ ਤੇ ਫਿਰ ਸਤਿਗੁਰੂ ਮਹਾਰਾਜ ਉਹ ਦਿਨ ਕੁਝ ਇਸ ਤਰ੍ਹਾਂ ਕੱਟ ਕੇ ਤੇ ਰਾਤ ਨੂੰ ਫਿਰ ਸਫ਼ਰ ਕਰਦੇ ਹਾਂ ਹਾਂ ਅਗਲੀ ਸਬੀਰ ਤੋਂ ਪਹਿਲਾਂ ਮਾਛੀਵਾੜੇ ਪਹੁੰਚ ਜਾਂਦੇ ਨੇ ਇਹ ਮਾਛੀਵਾੜਾ ਸ਼ਹਿਰ ਬੜਾ ਪ੍ਰਸਿੱਧ ਸ਼ਹਿਰ ਸੀਗਾ ਇੱਥੇ ਮੱਛੀਆਂ ਫੜਨ ਵਾਲੇ ਲੋਕਾਂ ਦੀ ਇੱਕ ਬਸਤੀ ਸੀ ਤਾਈਓ ਇਹਨੂੰ ਮੱਛੀਆਂ ਫੜਨ ਵਾਲਾ ਬਾੜਾ ਮਾਛੀ ਬਾੜਾ ਆਖਦੇ ਸਨ ਪਰਤਕੇ ਸਤਿਗੁਰੂ ਜੀ ਉੱਥੇ ਰਹਿਣ ਵਾਲੇ ਭਾਈ ਗੁਲਾਬਾ ਜੋ ਕਿ ਮਸੰਦ ਸੀ ਉਹਦੇ ਬਾਗ ਦੇ ਵਿੱਚ ਲੇਟੇ ਹੋਏ ਸਨ ਗੁਲਾਬੀ ਦਾ ਨੌਕਰ ਜਿਹੜਾ ਹੈ ਉਹ ਵੇਖਦਾ ਹੈ ਵੀ ਕੁਝ ਸਿੱਖ ਨੇ ਤੇ ਉਹ ਲੱਭ ਰਹੇ ਨਹੀਂ ਕਿਸੇ ਨੂੰ ਉਹ ਗੁਲਾਬਾ ਜਿਹੜਾ ਹੈ ਉਹਦਾ ਨੌਕਰ ਉਹਨਾਂ ਨੂੰ ਦੱਸਦਾ ਹੈ ਵੀ ਤੁਹਾਡੇ ਵਰਗਾ ਇੱਕ ਬਾਗ ਦੇ ਵਿੱਚ ਸੁੱਤਾ ਪਿਆ ਹੈ ਗੁਰੂ ਕੇ ਸਿੱਖ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਤਿਗੁਰੂ ਨੂੰ ਜਾ ਕੇ ਨਮਸਕਾਰ ਕਰਦੇ ਨੇ ਸਤਿਗੁਰੂ ਵੀ ਫਤਿਹ ਦੀ ਸਾਂਝ ਕਰਦੇ ਨੇ ਤੇ ਇੱਥੋਂ ਗੁਲਾਬੇ ਦੇ ਘਰ ਕੁਝ ਦਿਨ اٹਕਦੇ ਨੇ ਤੇ ਗੁਲਾਬਾ ਅੰਦਰੋਂ ਡਰਿਆ ਹੋਇਆ ਤੇ ਇੱਥੋਂ ਦੇ ਰਹਿਣ ਵਾਲੇ ਗਨੀ ਖਾ ਤੇ ਨਵੀ ਖਾ ਇਹ ਵੀ ਮੁਸਲਮਾਨ ਨੇ ਔਰ ਯਾਦ ਰੱਖਿਓ ਪਿਛਲੀ ਵੀਡੀਓ ਵਿੱਚ ਆਪਾਂ ਗੱਲ ਕੀਤੀ ਸੀ ਬੀਬੀ ਮਮਤਾਜ ਦੀ ਉਹਦੇ ਪਿਤਾ નિਹੰਗ ਖਾਨ ਦੀ નિਹੰਗ ਖਾਨ ਦਾ ਪਿਤਾ ਜਿਹੜਾ ਸੀ ਉਹ ਨੌਰੰਗ ਖਾਨ ਸੀ ਤੇ ਨੌਰੰਗ ਖਾਨ ਦੀ ਭੈਣ ਬੀਬੀ ਉਮਰੀ ਉਹ ਇੱਧਰ ਵਿਆਹੀ ਹੋਈ ਸੀ ਤੇ ਉਹਦੇ ਪੁੱਤ ਸਨ ਨਬੀ ਖਾਨ ਤੇ ਗਨੀ ਖਾਨ ਇਹ ਸਤਿਗੁਰ ਮਹਾਰਾਜ ਨੂੰ ਆਪਣੇ ਕੋਲ ਲੈ ਕੇ ਜਾਂਦੇ ਨੇ ਇਥੋਂ ਸਤਗੁਰ ਜੀ ਨੂੰ ਉੱਚ ਦਾ ਪੀਰ ਬਣਾ ਕੇ ਅੱਗੇ ਲੈ ਕੇ ਜਾਂਦੇ ਨੇ ਕਿਉਂਕਿ ਇਹ ਥਾਂ ਜਿਹੜਾ ਸੀ ਸਰਹੰਦ ਦੇ ਨਜ਼ਦੀਕ ਸੀ ਤੇ ਖਤਲੇ ਤੋਂ ਖਾਲੀ ਨਹੀਂ ਸੀਗਾ ਕਿਉਂਕਿ ਸਰਹੰਦ ਦੇ ਵਜ਼ੀਰ ਖਾਨ ਨੇ ਬਕਾਇਦਾ ਮਨਾਦੀ ਕਰਾਈ ਹੋਈ ਸੀ ਵੀ ਕੋਈ ਗੁਰੂ ਗੋਬਿੰਦ ਸਿੰਘ ਨੂੰ ਪਨਾਹ ਨਹੀਂ ਦੇ ਸਕਦਾ ਉਹਦਾ ਪਰਿਵਾਰ ਖਤਮ ਕਰ ਦਿੱਤਾ ਜਾਵੇਗਾ ਸਤਗੁਰ ਨੇ ਆਪ ਹੀ ਅੱਗੇ ਜਾਣ ਦਾ ਫੈਸਲਾ ਕੀਤਾ ਸੀ ਪਰ ਸਤਗੁਰੂ ਤੁਰ ਕੇ ਜਾਣ ਦੀ ਹਾਲਾਤ ਵਿੱਚ ਨਹੀਂ ਸਨ ਇਸ ਗੱਲ ਨੂੰ ਨਬੀ ਖਾਨ ਤੇ ਗਨੀ ਖਾਨ ਨੇ ਮੰਨ ਲਿਆ ਸੀ ਜਾਣ ਲਿਆ ਸੀ ਉਹਨਾਂ ਨੇ ਕਿਹਾ ਬਈ ਸਤਗੁਰੂ ਇੱਕ ਤ ਤੇ ਤੁਸੀਂ ਤੁਰ ਕੇ ਜਾਣ ਦੀ ਹਾਲਾਤ ਵਿੱਚ ਨਹੀਂ ਹੈ ਦੂਸਰਾ ਤੁਰ ਕੇ ਜਾਵੋਗੇ ਵੀ ਤੇ ਤੁਹਾਡੇ ਪੈਰਾਂ ਦੇ ਨਿਸ਼ਾਨ ਕਿਉਂਕਿ ਸਤਗੁਰੂ ਦੇ ਪੈਰਾਂ ਦੇ ਵਿੱਚੋਂ ਲਹੂ ਸਿਮ ਰਿਆ ਸੀ ਝਾੜੀਆਂ ਦੇ ਕੰਡੇ ਵੱਜ ਕੇ ਪੱਥਰਾਂ ਦੇ ਕੰਕਰ ਵੱਜ ਕੇ ਸ਼ਿਆੜ ਦੀ ਰੁੱਤ ਦੇ ਵਿੱਚ ਛਾਲੇ ਹੋਏ ਪੈ ਸਨ ਠੰਡ ਦੇ ਨਾਲ ਉਹ ਫਿਸ ਰਹੇ ਸਨ ਤੇ ਸਤਿਗੁਰੂ ਮਹਾਰਾਜ ਨੂੰ ਉਹ ਅੱਗੇ ਲੈ ਕੇ ਜਾਂਦੇ ਨੇ ਉੱਚ ਦਾ ਪੀਰ ਬਣਾ ਕੇ ਇਹਦੀ ਗੱਲ ਆਪਾਂ ਫਿਰ ਕਿਸੇ ਵੀਡੀਓ ਵਿੱਚ ਕਰਾਂਗੇ ਵੀ ਉੱਚ ਦੇ ਪੀਰ ਕੌਣ ਸਨ ਆਪਾਂ ਗੱਲ ਮੁਕਤ ਸਰ ਤੱਕ ਤੇ ਉਹ ਬਿਲਾਵੇ ਦੀ ਗੱਲ ਕਰਨਾ ਚਾਹੁੰਦੇ ਹਾਂ ਸਤਿਗੁਰੂ ਮਹਾਰਾਜ ਸਿੱਖਾਂ ਦੇ ਉਸ ਉੱਚ ਦੇ ਪੀਰ ਬਣਾਏ ਹੋਏ ਅੱਗੇ ਜਾਂਦੇ ਅਜੇ 1 ਕਿਲੋਮੀਟਰ ਜਾਂਦੇ ਨੇ ਤੇ ਉਹਨਾਂ ਨੂੰ ਇੱਕ ਪੁਲਿਸ ਦੀ ਟੋਕੜੀ ਮੁਗਲ ਫੌਜ ਦੀ ਟੁਕੜੀ ਮਿਲਦੀ ਹੈ ਉਹ ਸ਼ੱਕ ਜਾਰ ਕਰਦੇ ਨੇ ਤਲਾਸ਼ੀ ਲੈਣਾ ਚਾਹੁੰਦੇ ਨੇ ਪਰ ਉਸ ਵਕਤ ਰੋਪੜ ਦੇ ਨਜ਼ਦੀਕ ਦਾ ਇੱਕ ਪੀਰ ਨੂਰਪੁਰ ਬੇਦੀ ਦਾ ਕਾਜੀ ਪੀਰ ਸਲੋਹ ਉਸ ਫੌਜ ਦੀ ਟੁਕੜੀ ਦੀ ਤਸੱਲੀ ਕਰਵਾ ਦਿੰਦਾ ਵੀ ਇਹ ਅਸਲ ਦੇ ਵਿੱਚ ਉੱਚ ਦੇ ਪੀਰ ਨੇ ਇਤੇ ਪੀਰਾਂ ਦੇ ਪੀਰ ਨੇ ਇਥੋਂ ਸਤਿਗੁਰੂ ਮਹਾਰਾਜ ਅੱਗੇ ਪਿੰਡ 헤ਰ ਜਾਂਦੇ ਨੇ ਕਾਫੀ ਪਿੰਡਾਂ ਦੇ ਵਿੱਚੋਂ ਹੁੰਦਿਆਂ ਹੋਇਆਂ ਸਤਿਗੁਰੂ ਮਹਾਰਾਜ ਆਲਮਗੀਰ ਪਹੁੰਚਦੇ ਨੇ ਮੈਂ ਗੱਲ ਥੋੜੀ ਜੀ ਨਜ਼ਦੀਕ ਰੱਖਾ ਆਲਮਗੀਰ ਪਿੰਡ ਦੇ ਵਿੱਚ ਭਾਈ ਮਨੀ ਸਿੰਘ ਦਾ ਭਰਾ ਭਾਈ ਨਗਾਈਆ ਜੀ ਰਹਿੰਦੇ ਸਨ ਇਹ ਪਿਓ ਪੁੱਤ ਘੋੜਿਆਂ ਦਾ ਵਪਾਰ ਕਰਦੇ ਸਨ ਤੇ ਸਤਿਗੁਰ ਜੀ ਨੂੰ ਇਹਨਾਂ ਨੇ ਇੱਕ ਘੋੜਾ ਵਧੀਆ ਨਸਲ ਦਾ ਭੇਟ ਕੀਤਾ ਇੱਥੋਂ ਸਤਿਗੁਰੂ ਮਹਾਰਾਜ ਫਿਰ ਭਾਈ ਗਨੀਖਾਂ ਤੇ ਨਵੀਖਾਂ ਨੂੰ ਵਾਪਸ ਭੇਜ ਦਿੰਦੇ ਨੇ ਸਤਿਗੁਰੂ ਹੋਰ ਉਹਨਾਂ ਨੂੰ ਔਖ ਨਹੀਂ ਸੀ ਦੇਣੀ ਚਾਹੁੰਦੇ ਤੇ ਸਤਿਗੁਰੂ ਮਹਾਰਾਜ ਇੱਥੋਂ ਅੱਗੇ ਫਿਰ ਘੋੜੇ ਤੇ ਸਵਾਰ ਹੋ ਕੇ ਰਾਏਕੋਟ ਜਾਂਦੇ ਨੇ ਰਾਏਕੋਟ ਦੇ ਵਿੱਚ ਰਹਿਣ ਵਾਲਾ ਭਾਈ ਕੱਲਾ ਹੈ ਰਾਏ ਕੱਲਾ ਇੱਥੇ ਕੁਝ ਦਿਨ ਸਤਿਗੁਰੂ اٹਕਦੇ ਨੇ ਇੱਥੋਂ ਹੀ ਸਤਿਗੁਰੂ ਜੀ ਨੂਰੇ ਮਾਹੀ ਨੂੰ ਜੋ ਕਿ ਰਾਏ ਕੱਲੇ ਦਾ ਮੱਝਾਂ ਚਾਰਨ ਵਾਲਾ ਚਰਵਾਹਾ ਹੈ ਉਸ ਨੂੰ ਭੇਜਦੇ ਨੇ ਸਰਹੰਦ ਵੱਲੋਂ ਤੇ ਮਾਤਾ ਗੁਜਰ ਕੌਰ ਤੇ ਸਹਿਬ ਜਾਦੀਆਂ ਦੀ ਸ਼ਹਾਦਤ ਦੀ ਖਬਰ ਜਿਹੜੀ ਹੈ ਇਹ ਨੂਰਾਮਾਹੀ رائے ਕੱਲੀ ਦੇ ਕੋਲ رائے ਕੋਟ ਦੇ ਵਿੱਚ ਦਿੰਦਾ ਹੈ ਇੱਥੇ ਸਤਗੁਰੂ ਮਹਾਰਾਜ ਕੁਝ ਕੁ ਢੇਰ اٹਕ ਕੇ ਫਿਰ ਦੀਨੇ ਪਿੰਡ ਦੇ ਵਿੱਚ ਜਾਂਦੇ ਨੇ ਇੱਥੇ ਭਾਈ رائے ਜੋਧ ਜੋ ਕਿ ਛੇਵੇਂ ਪਾਤਸ਼ਾਹ ਦਾ ਸ਼ਰਧਾਲੂ ਸਿੱਖ ਸੀ ਉਹਦੇ ਅੱਗੇ ਔਲਾਦ ਵਿੱਚੋਂ ਪੁੱਤਰਿਆਂ ਦੇ ਵਿੱਚੋਂ ਭਾਈ ਲਖਮੀਰਾ ਭਾਈ ਸ਼ਮੀਰਾ ਤੇ ਭਾਈ ਤਖਤਮਲ ਰਹਿੰਦੇ ਸਨ ਇਹਨਾਂ ਨੇ ਆਪਣੇ ਘਰ ਦੇ ਵਿੱਚ ਸਤਿਗੁਰ ਜੀ ਨੂੰ ਰੱਖਿਆ ਹੈ ਕੁਝ ਦਿਨ ਕੁਝ ਦਿਨ ਸਤਿਗੁਰ ਇੱਥੇ اٹਕਦੇ ਨੇ ਇੱਥੇ ਹੀ ਇੱਕ ਸਾਧੂ ਸੀਤਲਪੁਰੀ ਉਹ ਆਉਂਦਾ ਹੈ ਜੋ ਕਿ ਸਰਹੰਦ ਦਾ ਰਹਿਣ ਵਾਲਾ ਸੀ ਉਹਦਾ ਹੀ ਚੇਲਾ ਦਿਆਲਪੁਰੀ ਹੈ ਉਹਨੇ ਖਬਰ ਜਿਹੜੀ ਹੈ ਉਹ ਮੁੜ ਸਰਹੰਦ ਦੇ ਵਿੱਚ ਵਜ਼ੀਰ ਖਾਂ ਨੂੰ ਜਾ ਕੇ ਦਿੱਤੀ ਹੈ ਵੀ ਸਤਿਗੁਰੂ ਤੇ ਇਵੇਂ ਤਖਤ ਮਲ ਭਾਈ ਲਖਮੀਰਾ ਤੇ ਭਾਈ ਸ਼ਮੀਰਾ ਦੀਨਾ ਪਿੰਡ ਦੇ ਵਿੱਚ ਰਹਿਣ ਵਾਲੇ ਉਹਨਾਂ ਦੇ ਕੋਲ ਹੈ ਤੇ ਸਰਹੰਦ ਦਾ ਵਜ਼ੀਰ ਖਾਂ ਜਿਹੜਾ ਹੈ ਇੱਕ ਚਿੱਠੀ ਉਹਨਾਂ ਨੂੰ ਲਿਖਦਾ ਵੀ ਤੁਸੀਂ ਸਰਕਾਰੀ ਚੌਧਰੀ ਹੋ ਤੇ ਤੁਸੀਂ ਸਰਕਾਰ ਦੇ ਹੁਕਮ ਮੁਤਾਬਕ ਗੁਰੂ ਗੋਬਿੰਦ ਸਿੰਘ ਨੂੰ ਬੰਨ੍ਹ ਕਰਕੇ ਕੈਦ ਕਰਕੇ ਸਰਹੰਦ ਪਚਾਓ ਪਰ ਉਹ ਤਿੰਨੇ ਭਰਾ ਆਪਣੇ ਅਕੀਦੇ ਦੇ ਉੱਤੇ اٹਕੇ ਰਹੇ ਤੇ ਉਹਨਾਂ ਨੇ ਵਾਪਸ ਜਵਾਬ ਭੇਜਿਆ ਵੀ ਜਿਵੇਂ ਤੁਸੀਂ ਆਪਣੇ ਪੀਰਾਂ ਦੀ ਸਹਾਇਤਾ ਕਰਦੇ ਹੋ ਉਹਨਾਂ ਦੀ ਖੁਸ਼ਾਮਦ ਕਰਦੇ ਹੋ ਉਹਨਾਂ ਜਿਵੇਂ ਸਤਕਾਰ ਦਿੰਦੇ ਹੋ ਇਵੇਂ ਹੀ ਅਸੀਂ ਵੀ ਗੁਰੂ ਨਾਨਕ ਸਾਹਿਬ ਦੇ ਗੱਦੀ ਦੇ ਮੰਨਣ ਵਾਲੇ ਹਾਂ ਅਸੀਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੱਦੀ ਨੂੰ ਸਤਕਾਰ ਦਿੰਦੇ ਹਾਂ ਤੇ ਦਸਵੇਂ ਪਾਤਸ਼ਾਹ ਸਾਡੇ ਗੁਰੂ ਨੇ ਤੇ ਅਸੀਂ ਕਿਸੇ ਵੀ ਹਾਲਾਤ ਦੇ ਵਿੱਚ ਤੁਹਾਨੂੰ ਇਹ ਕੰਮ ਕਰਕੇ ਨਹੀਂ ਦਵਾਂਗੇ ਹੁਣ ਵਜ਼ੀਰ ਖਾਂ ਇਹ ਠੋਕਮਾ ਜਵਾਬ ਸੁਣ ਕੇ ਤਿਲਮਲਾ ਉੱਠਦਾ ਹੈ ਤੇ ਇਹ ਤਿਆਰੀ ਕਰਦਾ ਹੈ ਕਿ ਇੱਕ ਵਾਰ ਫਿਰ ਫੌਜ ਭੇਜ ਕੇ ਗੁਰੂ ਗੋਬਿੰਦ ਸਿੰਘ ਨੂੰ ਪਕੜਿਆ ਜਾਵੇ ਸਤਿਗੁਰ ਮਹਾਰਾਜ ਕੁਝ ਦਿਨ ਦੀਨਾ ਪਿੰਡ ਇੱਥੋਂ ਹੀ ਜਫਰਨਾਮਾ ਭਾਈ ਦਇਆ ਸਿੰਘ ਦੇ ਹੱਥ ਔਰਮ ਜੀਵ ਨੂੰ ਭੇਜਦੇ ਨੇ ਇਹ ਇੱਕ ਵੱਖਰਾ ਦਸਤਾਵੇਜ਼ ਦੀ ਗੱਲ ਫਿਰ ਕਰਾਂਗੇ ਇੱਥੋਂ ਸਤਿਗੁਰ ਮਹਾਰਾਜ ਕੋਟਕਪੂਰੇ ਜਾਂਦੇ ਨੇ ਕੋਟਕਪੂਰੇ ਤੋਂ ਨੇੜੇ ਢਿਲਵਾ ਇੱਥੇ ਦਾ ਰਹਿਣ ਵਾਲਾ ਕਪੂਰਾ ਇਹ ਵੀ ਚੌਧਰੀ ਆ ਇਹਦੇ ਕੋਲ ਕਿਲਾ ਵੀ ਆ ਪਰ ਇਹਨੇ ਕਿਲਾ ਨਾ ਦਿੱਤਾ ਸਤਿਗੁਰ ਜੀ ਇਹਦੇ ਕੋਲੋਂ ਕੁਝ ਸਮਾਂ ਕੁਝ ਘੰਟੇ ਰੁਕਦੇ ਨੇ ਤੇ ਫਿਰ ਸਤਿਗੁਰ ਮਹਾਰਾਜ ਅੱਗੇ ਪਿੰਡ ਰਾਮੇ ਆਣਾ ਉੱਥੇ ਪਹੁੰਚਦੇ ਨੇ ਰੂਪੇਆਣਾ ਤੇ ਰਾਮੇਵਾਲਾ ਪਿੰਡ ਦੇ ਵਿਚਕਾਰ ਸੂਈਏ ਨੇ ਖਬਰ ਦਿੱਤੀ ਐ ਵੀ ਫੌਜ ਮਗਰ ਲੱਗੀ ਹੋਈ ਐ ਤੁਹਾਡੇ ਇੱਥੇ ਹੀ ਮਾਝੇ ਦੇ ਕੁਝ ਚੌਧਰੀ ਜਿਹੜੇ ਨੇ ਉਹ ਆਉਂਦੇ ਨੇ ਉਹ ਮਾਝੇ ਦੇ ਚੌਧਰੀ ਸਤਗੁਰੂ ਜੀ ਨੂੰ ਇੱਕ ਗੱਲ ਕਹਿੰਦੇ ਨੇ ਤੇ ਉਹਨਾਂ ਦੇ ਨਾਲ ਕੁਝ ਸਿੱਖ ਵੀ ਨੇ ਮਾਝੇ ਦੇ ਜਿਨ੍ਹਾਂ ਦੇ ਵਿੱਚ ਭਾਈ ਰਾਏ ਸਿੰਘ ਉਹਨਾਂ ਦਾ ਪੁੱਤਰ ਭਾਈ ਮਾਹ ਸਿੰਘ ਤੇ ਨਾਲ ਬੀਬੀ ਭਾਗੋ ਉਹ ਵੀ ਹੈ ਤੇ ਇਹ ਵੀ ਨਾਲ ਨੇ ਤੇ ਚੌਧਰੀ ਇੱਕ ਗੱਲ ਸਤਿਗੁਰੂ ਜੀ ਨੂੰ ਕਹਿੰਦੇ ਨੇ ਵੀ ਸਤਿਗੁਰੂ ਅਸੀਂ ਗੁਰੂ ਨਾਨਕ ਦੀ ਗੱਦੀ ਦਾ ਬਹੁਤ ਸਤਿਕਾਰ ਕਰਦੇ ਹਾਂ ਪਰ ਤੁਸੀਂ ਗੁਰੂ ਨਾਨਕ ਸਾਹਿਬ ਦੀ ਤਰ੍ਹਾਂ ਸ਼ਾਂਤਮਈ ਰਹਿੰਦਿਆਂ ਜੀਵਨ ਬਤੀਤ ਕਰੋ ਰੋਜ਼ ਰੋਜ਼ ਮੁਗਲ ਸਰਕਾਰ ਦੇ ਨਾਲ ਸਾਡੇ ਕੋਲ ਲੜਾਈਆਂ ਨਹੀਂ ਲੜੀਆਂ ਜਾਂਦੀਆਂ ਤੁਸੀਂ ਕਹੋ ਤੇ ਅਸੀਂ ਤੁਹਾਡੀ ਸੰਧੀ ਜੜੀ ਹੈ ਸੁਨਾ ਸਫਾਈ ਸਰਕਾਰ ਦੇ ਨਾਲ ਕਰਾ ਦਿੰਦੇ ਆ ਗੱਲਬਾਤ ਕਰਾ ਦਿੰਦੇ ਆ ਸਤਿਗੁਰ ਕਹਿੰਦੇ ਉਹਨਾਂ ਨੂੰ ਪੁੱਛਦੇ ਨੇ ਵੀ ਤੁਸੀਂ ਸਿੱਖ ਹੋ ਜਾਂ ਫਿਰ ਤੁਸੀਂ ਗੁਰੂ ਹੋ ਕਹਿਣ ਲੱਗੇ ਹਾਂ ਤੇ ਅਸੀਂ ਤੁਹਾਡੇ ਸਿੱਖ ਤੇ ਸਤਿਗੁਰ ਮਹਾਰਾਜ ਕਹਿੰਦੇ ਨੇ ਵੀ ਸਿੱਖ ਦਾ ਕੰਮ ਹੁੰਦਾ ਏ ਸਿੱਖਿਆ ਲੈਣਾ ਗੁਰੂ ਦਾ ਹੁਕਮ ਮੰਨਣਾ ਤੁਸੀਂ ਦੱਸੋ ਵੀ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤਤੀਆਂ ਤਵੀਆਂ ਦੇ ਉੱਤੇ ਬਿਠਾ ਕੇ ਸ਼ਹੀਦ ਕੀਤਾ ਉਦੋਂ ਕਿੱਥੇ ਸੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਦੀ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਗਿਆ ਉਦੋਂ ਕਿੱਥੇ ਸੀ ਸਾਡੇ ਸ਼ਹਿਬ ਜਾਦੇ ਸ਼ਹੀਦ ਹੋਏ ਉਦੋਂ ਤੁਸੀਂ ਕਿੱਥੇ ਸੀ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਰੱਖਿਆ ਉਦੋਂ ਤੁਸੀਂ ਕਿੱਥੇ ਸੀ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀ ਪਰ ਉਹਨਾਂ ਨੇ ਇਹ ਗੱਲ ਉਥੋਂ ਦੇ ਸੂਬੇਦਾਰ ਨੂੰ ਮੰਨ ਕੇ ਆਏ ਸਨ ਵੀ ਆਪਾਂ ਤੁਹਾਡੀ ਸੁਲਾ ਸਫਾਈ ਕਰਾਂਗੇ ਤੇ ਉਹਨਾਂ ਨੇ ਇੱਕ ਜੁੱਟ ਆਪਣੇ ਆਪ ਨੂੰ ਕਰਕੇ ਤੇ ਆਪਣੇ ਗੱਲ ਦੀ ਦਵਾ ਪਾਉਣ ਵਾਸਤੇ ਸਤਿਗੁਰ ਜੀ ਨੂੰ ਕਹਿ ਦਿੱਤਾ ਵੀ ਸਤਿਗੁਰ ਫੇ ਇਸ ਤਰ੍ਹਾਂ ਸਿੱਖੀ ਨਹੀਂ ਨਿਭਾਈ ਜਾਣੀ ਸਤਿਗੁਰ ਕਹਿਣ ਲੱਗੇ ਵੀ ਇੰਜ ਨੇ ਲਿਖ ਕੇ ਦੇ ਦੋ ਵੀ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਇਹਨਾਂ ਨੇ ਇੱਕ ਜੁਗਟਾ ਦਿਖਾਈ ਤੇ ਕਾਗਜ਼ ਦੇ ਉੱਤੇ ਇਹ ਲਿਖ ਕੇ ਦੇ ਦਿੱਤਾ ਤਿਵੇਂ ਹੀ ਖਬਰ ਮਿਲਦੀ ਜਾਂ ਸੂਈੇ ਕੋਲੋਂ ਵੀ ਹਸਨ ਖਾਨ ਜਿਹਨੂੰ ਫੌਜ ਦੇ ਕੇ 10000 ਭੇਜਿਆ ਏ ਉਹ ਬਿਲਕੁਲ ਨਜ਼ਦੀਕ ਆ ਚੁੱਕਿਆ ਏ ਜੇ ਸਤਗੁਰੂ ਮਹਾਰਾਜ ਉੱਥੋਂ ਅੱਗੇ ਤੁਰ ਪੈਂਦੇ ਨੇ ਉਹ ਕਾਗਜ਼ ਆਪਣੇ ਕਮਰ ਕਸੇ ਵਿੱਚ ਰੱਖ ਕੇ ਤੇ ਉਹਦੇ ਨਾਲ ਜਿਹੜੇ ਚੌਧਰੀਆਂ ਦੇ ਨਾਲ ਸਿੱਖ ਸਨ ਭਾਈ ਮਹਾ ਸਿੰਘ ਭਾਈ ਰਾਏ ਸਿੰਘ ਬੀਬੀ ਭਾਗੂ ਤੇ ਕੁਝ ਹੋਰ ਤੇ ਰਾਏ ਸਿੰਘ ਨੇ ਉੱਥੇ ਲਕੀਰ ਖਿੱਚੀ ਆ ਆਖਣ ਲੱਗਾ ਵੀ ਜਿਹਨੂੰ ਗੁਰੂ ਦੇ ਨਾਲ ਪਿਆਰ ਹੈ ਉਹ ਇਸ ਲਕੀਰ ਨੂੰ ਟੱਪ ਕੇ ਅੱਗੇ ਆ ਜਾਓ ਉੱਥੇ 40 ਸਿੱਖ ਉਹ ਲਕੀਰ ਟੱਪ ਕੇ ਭਾਈ ਰਾਏ ਸਿੰਘ ਦੀ ਕਮਾਨ ਹੀਠ ਸਤਿਗੁਰੂ ਦੇ ਪਿੱਛੇ-ਪਿੱਛੇ ਤੁਰ ਪੈਂਦੇ ਨੇ ਚੌਧਰੀ ਤੇ ਮੁੜ ਜਾਂਦੇ ਨੇ ਅੱਗੇ ਸਤਿਗੁਰੂ ਮਹਾਰਾਜ ਖਦਰਾਨੀ ਦੀ ਢਾਬ ਇੱਥੇ ਪਾਣੀ ਸੀ ਤੇ ਉਹਦੇ ਉੱਤੇ ਕਬਜ਼ਾ ਕਰਕੇ ਤੇ ਇੱਥੇ ਉਹ ਜੰਗ ਦੀ ਮੋਰਚਾ ਬੰਦੀ ਕਰ ਲੈਂਦੇ ਨੇ ਪਰ ਉਹ 40 ਸਿੰਘ ਉਸ ਢਾਬ ਤੋਂ ਪਹਿਲਾਂ ਹੀ ਆਪਣੇ ਮੋਰਚੇ ਗੱਡ ਲੈਂਦੇ ਨੇ ਪਿੱਛੋਂ ਫੌਜ ਆ ਜਾਂਦੀ ਹੈ ਤੇ ਬੜੀ ਵਿਉਂਤ ਬੰਦੀ ਦੇ ਨਾਲ ਉਹ ਗੁਰੂ ਕੀ ਸਿੱਖ ਲੜਦੇ ਨੇ ਅੰਮ੍ਰਿਤ ਵੇਲੇ ਸਬੀਰ ਦਾ ਵਕਤ ਸੀ ਉਸ ਵੇਲੇ ਇਹ ਜੰਗ ਸ਼ੁਰੂ ਹੋ ਜਾਂਦਾ ਹੈ ਇੱਕ ਸਿੱਖ ਲੜਨ ਵਾਸਤੇ ਜਾਂਦਾ ਉਹਦੇ ਪਿੱਛੇ ਦੋ ਸਿੱਖ ਉਹਨੂੰ ਕਵਰਿੰਗ ਕਰਦੇ ਨੇ ਇਵੇਂ ਕਰਦਿਆਂ ਕਰਦਿਆਂ 40 ਉਹ ਗੁਰੂ ਕੇ ਸਿੱਖ ਜਿਹੜੇ ਲੋਕੀਰ ਟੱਪ ਕੇ ਆਏ ਸਨ ਉਹ ਸ਼ਹੀਦ ਹੋ ਜਾਂਦੇ ਨੇ ਹੋਰ ਬਹੁਤ ਸਾਰੇ ਸ਼ਹੀਦ ਹੁੰਦੇ ਨੇ ਸਿੱਖ ਲਗਭਗ ਇਤਿਹਾਸ ਕਰ 300 ਦੀ ਗਿਣਤੀ ਸ਼ਹੀਦ ਹੋਣ ਵਾਲੇ ਸਿੱਖਾਂ ਦੀ ਦੱਸਦੇ ਨੇ ਦੁਪਹਿਰ ਤੂੰ ਉੱਪਰ ਸਮਾ ਹੋ ਚੁੱਕਿਆ ਸੀ ਤੇ ਜਿਹੜੀ ਹਸਨ ਖਾਂ ਫੌਜ ਲੈ ਕੇ ਆਇਆ ਸੀ ਉਹ ਉਸ ਤੱਕ ਹੰਬ ਗਈ ਸੀ ਅੱਧੀ ਕੁ ਮਰ ਚੁੱਕੀ ਸੀ ਤੇ ਉਹ ਕਪੂਰੇ ਨੂੰ ਪੁੱਛਦਾ ਹੈ ਵੀ ਪਾਣੀ ਕਿੱਥੇ ਮਿਲੇਗਾ ਮੇਰੀ ਫੌਜ ਤੇ ਪਾਣੀ ਪਿਆਸੀ ਹੰਬ ਗਈ ਹੈ ਇਹ ਲੜ ਨਹੀਂ ਸਕਦੀ ਉਸ ਕਪੂਰੇ ਨੇ ਗੱਲ ਕਹੀ ਵੀ ਅੱਗੇ ਜਾਏਗਾ ਤੇ 30 ਕੋ ਪਾਣੀ ਮਿਲੇਗਾ ਪਿੱਛੇ ਜਾਏਗਾ ਤੇ ਪੰਜ ਕੋਤ ਹੀ ਮਿਲ ਜਾਏਗਾ ਕਿਉਂਕਿ ਕਪੂਰਾ ਚਾਹੁੰਦਾ ਸੀ ਵੀ ਸਤਿਗੁਰੂ ਇੱਥੋਂ ਨਿਕਲ ਜਾਵਣ ਸੁਰੱਖਤ ਚਲੇ ਜਾਵਣ ਤੇ ਉਹਨੇ ਇਹ ਵੀ ਗੱਲ ਕਹੀ ਵੀ ਗੁਰੂ ਤੇ ਹੁਣ ਇੱਥੇ ਹੋਵੇਗਾ ਹੀ ਨਹੀਂ ਜਾਂ ਤੇ ਸ਼ਹੀਦ ਹੋ ਗਿਆ ਹੋਵੇਗਾ ਤੇ ਜਾਂ ਫਿਰ ਤੁਹਾਡੇ ਵਸ ਤੋਂ ਬਾਹਰ ਹੋ ਗਿਆ ਹੋਵੇ ਜੰਗਲਾਂ ਵਿੱਚ ਕਿੱਥੇ ਲੱਭਦੇ ਫਿਰੋਗੇ ਉਹਨੇ ਕਿਹਾ ਆਪਣਾ ਕੋਈ ਦੇਸ਼ ਮੱਲਿਆ ਹੋਇਆ ਹੈ ਇਲਾਕਾ ਬਣਾਇਆ ਹੋਇਆ ਹੈ ਉਹਨੇ ਤੇ ਅੱਗੇ ਚਲੇ ਜਾਣਾ ਕਿ ਤੁਸੀਂ ਕਿਤੇ ਪਿੱਛੇ ਤੋਰੇ ਬਹਿ ਰਹੂਗੇ ਉਨੇ ਗੱਲ ਸਹੀ ਮੰਨ ਕੇ ਤੇ ਵਾਪਸ ਫੌਜ ਨੂੰ ਲੈ ਕੇ ਚਲਾ ਗਿਆ ਇਹ ਆਖਰੀ ਜੰਗ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੰਦ ਦੀ ਲੜਦੇ ਨੇ ਜਿਹਨੂੰ ਮੁਕਤਸਰ ਦੀ ਜੰਗ ਕਹਿੰਦੇ ਨੇ ਹੁਣ ਸਤਿਗੁਰ ਮਹਾਰਾਜ ਜਦੋਂ ਉਹ ਫੌਜ ਵਾਪਸ ਚਲੀ ਗਈ ਤੇ ਉਸ ਢਾਲ ਤੋਂ ਥੱਲੇ ਆਉਂਦੇ ਨੇ ਵੇਖਦੇ ਨੇ ਬਹੁਤ ਸਾਰੇ ਸਿੱਖ ਸ਼ਹੀਦ ਹੋਏ ਨੇ ਉਹ ਜਿਹੜੇ 40 ਸਿੱਖ ਸ਼ਹੀਦ ਹੋਏ ਸਨ ਨਾ ਕਿਉਂਕਿ ਬਾਕੀ ਜਿਹੜੇ ਸਤਗੁਰੂ ਤੋਂ ਅਗਿਆ ਲੈ ਕੇ ਥੱਲੇ ਆਉਂਦੇ ਰਹੇ ਉਸ ਢਾਲ ਤੋਂ ਉਹ ਤੇ ਸਤਗੁਰੂ ਨੂੰ ਪਤਾ ਸੀ ਵੀ ਕਿਹੜੇ-ਕਿਹੜੇ ਸਿੱਖ ਗਏ ਨੇ ਤੇ ਸਤਗੁਰੂ ਮਹਾਰਾਜ ਫਿਰ ਉਹਨਾਂ ਸਿੱਖਾਂ ਨੂੰ ਨਵਾਜਦੇ ਨੇ ਜਿਵੇਂ ਫੌਜ ਦੇ ਵਿੱਚ ਮਹਾਬੀਰ ਚੱਕਰ ਇਵੇਂ ਸਨਮਾਨਿਤ ਦਿੱਤਾ ਜਾਂਦਾ ਸਤਗੁਰੂ ਮਨਸਬ ਦੇ ਦੇ ਕੇ ਉਹਨਾਂ ਨੂੰ ਸਨਮਾਨਿਤ ਕਰਦੇ ਨੇ ਜਿੰਨੇ ਕਦਮ ਅੱਗੇ ਹੋ ਕੇ ਸਿੱਖ ਸ਼ਹੀਦ ਹੋਇਆ ਸੀ ਉਸ ਅਸਾਧਨ ਨਾਲ ਮੇਰਾ 5000 ਹਜ਼ਾਰੀ ਮੇਰਾ 10000 ਹਜ਼ਾਰੀ 20000 ਕਿਸੇ ਨੂੰ ਸਰੂਬਾ ਲਾਹੌਰ ਦਾ ਕਿਸੇ ਨੂੰ ਜੰਮੂ ਦਾ ਕਹਿ ਕੇ ਮਨਸਬ ਦਿੰਦੇ ਨੇ 39 ਸਿੱਖ ਸ਼ਹੀਦ ਹੋਏ ਤੇ 40ਵਾਂ ਸਿੱਖ ਭਾਈ ਮਹਾ ਸਿੰਘ ਉਹਨੂੰ ਵਿਖਦੇ ਨੇ ਉਹਦੀ ਨਬਜ ਚੱਲਦੀ ਨਹੀਂ ਬਹੁਤ ਗਹਿਰੇ ਜ਼ਖਮ ਫਟ ਲੱਗੇ ਹੋਏ ਨੇ ਸਤਿਗੁਰੂ ਭਾਈ ਮਹਾ ਸਿੰਘ ਦਾ ਸਿਰ ਆਪਣੇ ਗੋਦ ਵਿੱਚ ਲੈ ਕੇ ਮੁੱਖ ਰੁਮਾਲ ਦੇ ਨਾਲ ਸਾਫ਼ ਕਰਦੇ ਨੇ ਲੱਗਾ ਹੋਇਆ ਖੂਨ ਉੰਜ ਦੇ ਨੇ ਸੁਵਾਸ ਚੱਲ ਰਹੇ ਨੇ ਤੇ ਸਤਿਗੁਰੂ ਭਾਈ ਮਹਾ ਸਿੰਘ ਨੂੰ ਕਹਿੰਦੇ ਨੇ ਮਹਾ ਸਿੰਘ ਮੰਗ ਕੀ ਮੰਗਦਾ ਏ ਭਾਈ ਮਹਾ ਸਿੰਘ ਹੱਥ ਜੋੜ ਸਤਿਗੁਰੂ ਨੂੰ ਇੱਕੋ ਗੱਲ ਕਹਿਣ ਲੱਗਾ ਸਤਿਗੁਰੂ ਟੁੱਟੀ ਨਖੁੱਟੀ ਜਿਹੜੀ ਬਦਾਵਾ ਲਿਖਿਆ ਸੀ ਉਹਨਾਂ ਚੌਧਰੀਆਂ ਤੇ ਚੌਧਰੀਆਂ ਦੇ ਨਾਲ ਅਸੀਂ ਆਏ ਸਾਂ ਕਿਤੇ ਹਥਿਆਸ ਕਲੰਕਿਤ ਨਾ ਹੋ ਜਾਏ ਲੋਕ ਸਾਨੂੰ ਬਦਾਵੀ ਇਹ ਨਾ ਕਹਿਵਣ ਕਿਰਪਾ ਕਰੋ ਉਹ ਵਦਾਵਾ ਪਾੜ ਦਵੋ ਤੇ ਉਸ ਵਕਤ ਸਤਿਗੁਰੂ ਮਹਾਰਾਜ ਨੇ ਉਹ ਕਮਰ ਕਸੇ ਦੇ ਵਿੱਚੋਂ ਉਹ ਲਿਖਿਆ ਹੋਇਆ ਕਾਗਜ਼ ਦੇ ਉੱਤੇ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਸਤਿਗੁਰੂ ਨੇ ਪਾੜ ਕੇ ਟੁੱਟੀ ਨਖੁੱਟੀ ਕਰ ਦਿੱਤੀ ਤੇ ਉਹ ਭਾਈ ਮਹਾ ਸਿੰਘ ਜੀ ਸਤਿਗੁਰੂ ਦੀ ਗੋਦ ਦੇ ਵਿੱਚ ਆਖਰੀ ਸੁਵਾਸ ਜੜੇ ਨੇ ਉਹ ਲੈਂਦੇ ਨੇ ਹੁਣ ਭਾਈ ਮਹਾ ਸਿੰਘ ਤੇ ਸਮੇਤ ਬਾਕੀ ਸਿੱਖ ਸਤਿਗੁਰੂ ਨੇ ਉਹਨਾਂ ਨੂੰ ਮੁਕਤਿਆਂ ਦੇ ਨਾਮ ਦੇ ਨਾਲ ਯਾਦ ਕਰਨ ਵਾਸਤੇ ਆਖਿਆ ਵੀ ਇਹ ਮੇਰੇ 40 ਮੁਕਤੇ ਹੋਣਗੇ ਇਹਨਾਂ ਦਾ ਜਨਮ ਮਰਨ ਉਹ ਕਟਿਆ ਜਾਵੇਗਾ ਅੱਜ ਵੀ ਉਸ ਸਥਾਨ ਦੇ ਉੱਤੇ 40 ਮੁਕਤਿਆਂ ਦੇ ਨਾਮ ਦੇ ਉੱਤੇ ਮੁਕਤ ਸਰ ਸਾਹਿਬ ਉਹ ਸਥਾਪਿਤ ਹੈ ਤੇ ਉੱਥੇ ਗੁਰਦੁਆਰਾ ਸਾਹਿਬ ਹੈ ਤੇ ਅਸੀਂ ਵੀ ਜਿਹੜੇ ਸਿੱਖੀ ਤੋਂ ਪਰੇ ਹੋ ਕੇ ਸਿੱਖੀ ਨੂੰ ਬਦਾਵੇ ਦਿੱਤੇ ਹੋਏ ਨੇ ਕੋਸ਼ਿਸ਼ ਕਰੀਏ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਆਪਾਂ ਵੀ ਉਹਨਾਂ ਬੇਦਾਵੀਆਂ ਨੂੰ ਪਾੜ ਲਈਏ ਤੇ ਸਿੱਖੀ ਦੇ ਵਿੱਚ ਆਕਰ ਕੇ ਗੁਰੂ ਅਨੁਸਾਰ ਜਿਹੜਾ ਮਾਰਗ ਹੈ ਸਤਿਗੁਰੂ ਨੇ ਦੱਸਿਆ ਹੋਇਆ ਉਸ ਮਾਰਗ ਦੇ ਉੱਤੇ ਚੱਲ ਕੇ ਆਪਣਾ ਜੀਵਨ ਜਿਹੜਾ ਹੈ ਉਹ ਸੁਹੇਲਾ ਕਰ ਸਕੀਏ